ਪੰਜਾਬ ਦੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਤੁਰੰਤ ਸੱਦੀ ਗਈ ਕੈਬਨਿਟ ਮੀਟਿੰਗ ਪੰਜਾਬ ਦੇ ਲੋਕਾਂ ਦੇ ਲਈ ਝਟਕਿਆਂ ਦੇ ਨਾਲ ਭਰਪੂਰ ਰਹੀ। ਇੱਕ ਤੋਂ ਬਾਅਦ ਇੱਕ ਪੰਜਾਬ ਦੇ ਲੋਕਾਂ ਨੂੰ ਕਈ ਝਟਕੇ ਲੱਗੇ ਨੇ। ਸੋ ਦੱਸ ਦਈਏ ਕਿ ਇਸ ਕੈਬਨਿਟ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਪੰਜਾਬ ਸਰਕਾਰ ਦੇ ਵੱਲੋਂ ਲਏ ਗਏ ਨੇ, ਜਿਨ੍ਹਾਂ ਵਿੱਚ ਸਭ ਤੋਂ ਅਹਿਮ ਫੈਸਲਾ ਵੱਡਾ ਝਟਕਾ ਲੋਕਾਂ ਨੂੰ ਦਿੰਦੇ ਹੋਏ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ। ਸੋ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋਣਗੇ, ਜਿੱਥੇ ਡੀਜ਼ਲ ਦੇ ਉੱਪਰ 92 ਪੈਸੇ ਦੇ ਵਿੱਚ ਵਾਧਾ ਕੀਤਾ ਗਿਆ, ਰੇਟ ਦੇ ਵਿੱਚ ਟੈਕਸ ਵਧਾਇਆ ਗਿਆ, ਉੱਥੇ ਹੀ ਪੈਟਰੋਲ ਦੇ ਰੇਟ ਦੇ ਵਿੱਚ ਵੀ 61 ਪੈਸੇ ਦਾ ਵਾਧਾ ਕੀਤਾ ਗਿਆ। ਸੋ ਪੰਜਾਬ ਦੇ ਲੋਕਾਂ ਨੂੰ ਮੌਨਸੂਨ ਸੈਸ਼ਨ ਤੋਂ ਤੁਰੰਤ ਬਾਅਦ ਹੋਈ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਝਟਕਾ ਲੱਗਿਆ। ਇਹ ਝਟਕਾ ਜੋ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਵਾਧੇ ਨੂੰ ਲੈ ਕੇ ਲੱਗਿਆ। ਦੱਸ ਦਈਏ ਕਿ ਡੀਜ਼ਲ ਦੇ ਵਿੱਚ 92 ਪੈਸੇ ਅਤੇ ਪੈਟਰੋਲ ਦੇ ਵਿੱਚ 61 ਪੈਸੇ ਦਾ ਵਾਧਾ ਰੇਟ ਦੇ ਵਿੱਚ ਕੀਤਾ ਗਿਆ। ਇੱਥੇ ਨਾਲ ਹੀ ਨਾਲ ਬਿਜਲੀ ਦੇ ਮਾਮਲੇ ਦੇ ਉੱਪਰ ਵੀ ਇੱਕ ਝਟਕਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਲੱਗਿਆ, ਕਿਉਂਕਿ ਚੰਨੀ ਸਰਕਾਰ ਦੌਰਾਨ ਜਿਹੜੀ ਲੋਕਾਂ ਨੂੰ 3 ਰੁਪਏ ਸਬਸਿਡੀ ਦਿੱਤੀ ਜਾਂਦੀ ਸੀ 7 ਕਿਲੋਵਾਟ ਤੱਕ ਦੇ ਉਹਨਾਂ ਉਪਭੋਗਤਾਵਾਂ ਨੂੰ ਜਿਹੜੇ ਕਿ 7 ਕਿਲੋਵਾਟ ਤੱਕ ਦਾ ਲੋਡ ਜਿਹਨਾਂ ਦੇ ਘਰਾਂ ਦੇ ਵਿੱਚ ਹੈ, ਉਹਨਾਂ ਸਾਰੇ ਉਪਭੋਗਤਾਵਾਂ ਨੂੰ ਜਿਹੜਾ ਚੰਨੀ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ 3 ਰੁਪਈਏ ਦੀ ਸਬਸਿਡੀ ਦਿੱਤੀ ਗਈ ਸੀ। ਸੋ ਅੱਜ ਪੰਜਾਬ ਕੈਬਨਿਟ ਦੀ ਇਸ ਮੀਟਿੰਗ ਦੇ ਵਿੱਚ ਉਹ ਸਬਸਿਡੀ ਵੀ ਜਿਹੜੀ ਵਾਪਸ ਲੈ ਲਈ ਗਈ ਹੈ। ਸੋ ਦੋਹਰਾ ਝਟਕਾ ਪੰਜਾਬ ਦੇ ਲੋਕਾਂ ਨੂੰ, ਜਿੱਥੇ ਇੱਕ ਪਾਸੇ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ, ਉੱਥੇ ਹੀ ਚੰਨੀ ਸਰਕਾਰ ਵੱਲੋਂ 7 ਕਿਲੋਵਾਟ ਤੱਕ ਦੇ ਜਿਹੜੇ ਯੂਜ਼ਰਸ ਨੇ ਬਿਜਲੀ ਦੇ, ਉਹਨਾਂ ਦੀ ਜਿਹੜੀ ਸਬਸਿਡੀ ਹੈ 3 ਰੁਪਏ ਦੀ ਜਿਹੜੀ ਸਬਸਿਡੀ ਚੰਨੀ ਸਰਕਾਰ ਵੱਲੋਂ ਦਿੱਤੀ ਗਈ ਸੀ ਉਹ ਵੀ ਵਾਪਸ ਲੈ ਲਈ ਗਈ ਹੈ। ਸੋ ਝਟਕੇ ਤੋਂ ਬਾਅਦ ਝਟਕਾ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲੱਗਿਆ। ਸੋ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਕੈਗ ਦੀ ਇੱਕ ਰਿਪੋਰਟ ਹੈ ਜਿਹੜੀ ਪੇਸ਼ ਕੀਤੀ ਗਈ ਸੀ, ਜਿਸ ਦੇ ਵਿੱਚ ਪੰਜਾਬ ਦੇ ਉੱਪਰ ਵਿੱਤੀ ਸੰਕਟ ਦੀ ਗੱਲ ਕਹੀ ਗਈ ਸੀ। ਇਨਕਮ ਅਤੇ ਖਰਚ ਦੇ ਵਿੱਚ ਵੱਧ ਰਹੇ ਖੱਪੇ ਦੀ ਗੱਲ ਕੀਤੀ ਗਈ ਸੀ, ਵੱਧ ਰਹੇ ਪਾੜੇ ਦੀ ਗੱਲ ਕੀਤੀ ਗਈ ਸੀ, ਅਤੇ ਇਹ ਕਿਹਾ ਗਿਆ ਸੀ ਕਿ ਪੰਜਾਬ ਨੇ ਜੇਕਰ ਮੁੜ ਤੋਂ ਲੀਹਾਂ ਦੇ ਉੱਪਰ ਆਉਣਾ ਗਾ ਵਿੱਤੀ ਰੂਪ ਦੇ ਵਿੱਚ ਤਾਂ ਉਹਨਾਂ ਨੂੰ ਵੱਡੇ ਫੈਸਲੇ ਲੈਣੇ ਪੈਣਗੇ। ਦੱਸ ਦਈਏ ਕਿ ਮਾਨ ਸਰਕਾਰ ਨੇ ਜੋ ਸੱਤਾ ਵਿੱਚ ਆਈ ਸੀ ਤਾਂ ਉਹਨਾਂ ਵੱਲੋਂ ਇਹ ਪਹਿਲਾ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੇ ਉੱਪਰ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਪਾਇਆ ਜਾਵੇਗਾ, ਕੋਈ ਕਿਸ ਤਰ੍ਹਾਂ ਦੇ ਨਵੇਂ ਟੈਕਸ ਨਹੀਂ ਲਗਾਏ ਜਾਣਗੇ। ਸੋ ਦੱਸ ਦਈਏ ਕਿ ਅੱਜ ਦੋਹਰਾ ਝਟਕਾ ਪੰਜਾਬ ਦੇ ਲੋਕਾਂ ਨੂੰ ਲੱਗਿਆ, ਜਿੱਥੇ ਕਿ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਦੇ ਵਿੱਚ ਜਿੱਥੇ ਵਾਧਾ ਕੀਤਾ ਗਿਆ, ਉੱਥੇ ਹੀ ਚੰਨੀ ਸਰਕਾਰ ਦੇ ਵੱਲੋਂ 7 ਕਿਲੋਵਾਟ ਤੱਕ ਦੇ ਲੋਡ ਵਾਲੇ ਜਿਹੜੇ ਯੂਜ਼ਰਸ ਨੇ ਉਹਨਾਂ ਨੂੰ ਝਟਕਾ ਦਿੰਦੇ ਹੋਏ 3 ਰੁਪਈਏ ਕਿਲੋਵਾਟ ਦੀ ਜਿਹੜੀ ਤਿੰਨ ਰੁਪਈਏ ਪਰ ਯੂਨਿਟ ਦੀ ਜਿਹੜੀ ਸਬਸਿਡੀ ਸੀ ਉਹ ਵਾਪਸ ਲੈ ਲਈ ਗਈ ਹੈ। ਪੰਜਾਬ ਦੇ ਮਾਨਸੂਨ ਸੈਸ਼ਨ ਤੋਂ ਤੁਰੰਤ ਬਾਅਦ ਹੋਈ ਇਹ ਕੈਬਨਿਟ ਮੀਟਿੰਗ ਪੰਜਾਬ ਦੇ ਲੋਕਾਂ ਨੂੰ ਝਟਕੇ ਤੋਂ ਬਾਅਦ ਝਟਕਾ ਦਿੰਦੀ ਹੋਈ ਦਿਖਾਈ ਦਿੱਤੀ ਹੈ। ਸੋ ਇਸ ਤੋਂ ਬਿਨਾਂ ਜਿਹੜੀਆਂ ਅਹਿਮ ਗੱਲਾਂ ਦੇ ਉੱਪਰ ਚਰਚਾ ਹੋਈ ਹੈ ਉਹਨਾਂ ਦਾ ਖੁਲਾਸਾ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ। ਸੋ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਖੇਤੀਬਾੜੀ ਨੀਤੀ ਲਿਆਂਦੀ ਜਾਵੇਗੀ। ਸੋ ਮੁੱਖ ਮੰਤਰੀ ਅੱਜ ਖੇਤੀ ਨੀਤੀ ਸੰਬੰਧੀ ਕਿਸਾਨਾਂ ਨਾਲ ਮੀਟਿੰਗ ਵੀ ਕਰਨਗੇ ਅਤੇ ਆਉਣ ਵਾਲੇ ਸੁਝਾਵਾਂ ਦੇ ਆਧਾਰ 'ਤੇ ਖੇਤੀ ਦੀ ਨੀਤੀ ਤਿਆਰ ਕਰਨਗੇ। ਸੋ ਦੱਸ ਦਈਏ ਕਿ ਜਿੱਥੇ ਨੀਤੀ ਤਿਆਰ ਕਰਨ ਦੀ ਗੱਲ ਕਰ ਰਹੇ ਨੇ
ਤੇ ਸੁਝਾਵਾਂ ਦੀ ਗੱਲ ਕਰਨੇ ਕਿ ਮੀਟਿੰਗ ਦੇ ਵਿੱਚ ਕਿਸਾਨਾਂ ਤੋਂ ਸੁਝਾਅ ਲਏ ਜਾਣਗੇ, ਉਹਨਾਂ ਦੇ ਆਧਾਰ 'ਤੇ ਇਹ ਨੀਤੀ ਤਿਆਰ ਕੀਤੀ ਜਾਵੇਗੀ। ਉੱਥੇ ਹੀ ਇਸ ਤੋਂ ਪਹਿਲਾਂ ਜਦੋਂ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਕਿ ਨੀਤੀ ਬਣ ਚੁੱਕੀ ਹੈ ਅਤੇ ਸੁਝਾਵਾਂ ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸੋ ਇਸ ਤੋਂ ਇਲਾਵਾ ਸਿੱਖਿਆ ਨੀਤੀ ਨੂੰ ਲੈ ਕੇ ਵੀ ਕੈਬਨਿਟ ਦੇ ਵਿੱਚ ਚਰਚਾ ਹੋਈ ਹੈ, ਜਿਸ ਦਾ ਖੁਲਾਸਾ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ। ਕੈਬਨਿਟ ਮੰਤਰੀ ਹਰਜੋਤ ਮੈਸ ਨੇ ਤਕਨੀਕੀ ਸਿੱਖਿਆ ਬਾਰੇ ਸੁਝਾਅ ਦਿੱਤੇ ਨੇ, ਇਹ ਚੀਮਾ ਸਾਹਿਬ ਨੇ ਕਿਹਾ, ਇਸ ਲਈ ਮਾਹਿਰਾਂ ਤੋਂ ਸੁਝਾਅ ਲਏ ਜਾਣਗੇ, ਜਿਸ ਤੋਂ ਬਾਅਦ ਸਰਕਾਰ ਸਿੱਖਿਆ ਨੀਤੀ ਲਿਆਵੇਗੀ। ਵਿੱਤ ਮੰਤਰੀ ਨੇ ਕਿਹਾ ਕਿ 10,000 ਪ੍ਰਾਈਵੇਟ ਜਿਹੜੇ ਸਕੂਲਾਂ ਦੇ ਵਿਦਿਆਰਥੀ ਨੇ ਉਹ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋਏ ਨੇ, ਜਿਸ ਤੋਂ ਬਾਅਦ ਇਹ ਕਲੀਅਰ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਿੱਖਿਆ ਨੀਤੀ ਹੈ ਜਿਹੜੀ ਸਹੀ ਦਿਸ਼ਾ ਦੇ ਵੱਲ ਵੱਧ ਰਹੀ ਹੈ। ਸੋ 10,000 ਪ੍ਰਾਈਵੇਟ 10,000 ਸਕੂਲ ਵਿਦਿਆਰਥੀ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਸੀ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋਏ ਨੇ। ਵਿੱਤ ਮੰਤਰੀ ਨੇ ਕਿਹਾ ਕਿ ਪਹਿਲੀ ਸਰਕਾਰ ਦੌਰਾਨ OTS ਯਾਨੀ ਕਿ ਵਨ ਟਾਈਮ ਸੈਟਲਮੈਂਟ ਅਤੇ OTS 2 ਫੇਲ ਹੋ ਗਿਆ ਸੀ। ਸੋ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਵਨ ਟਾਈਮ ਸੈਟਲਮੈਂਟ ਸੀ ਜਿਹੜਾ ਇੱਕ, ਅਤੇ ਵਨ ਟਾਈਮ ਸੈਟਲਮੈਂਟ ਦੂਸਰੀ ਉਹ ਜਿਹੜੀ ਸੀ ਫੇਲ ਹੋ ਚੁੱਕੀ ਸੀ ਨੀਤੀ, ਲੇਕਿਨ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇਹ ਨੀਤੀ ਸਫਲ ਹੋਈ ਹੈ ਅਤੇ 14,408 ਲੋਕਾਂ ਨੇ ਜਿਨ੍ਹਾਂ ਦੇ ਬਕਾਇਆ ਸਨ ਉਹਨਾਂ ਨੂੰ ਰਾਹਤ ਮਿਲੀ ਹੈ ਅਤੇ ਇਸਦਾ ਦਾਇਰਾ ਹੋਰ ਵੀ ਵਧਿਆ ਹੈ। ਸੋ ਦੱਸ ਦਈਏ ਅਤੇ ਇਸ ਦੇ ਨਾਲ ਸਰਕਾਰ ਨੂੰ ਵੀ ਜਿਹੜੀ ਵੱਡੀ ਇਨਕਮ ਹੋਈ ਹੈ 164,35,00,000 ਰੁਪਏ ਨੇ ਜਿਹੜੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਏ ਨੇ, ਜਿੱਥੇ 14,408 ਲੋਕਾਂ ਨੂੰ ਇਸਦਾ ਫਾਇਦਾ ਹੋਇਆ, ਜਿਨ੍ਹਾਂ ਦੇ ਕਰਜ਼ੇ ਮਾਫ਼ ਕੀਤੇ ਗਏ ਨੇ, ਪਰ ਉਸ ਦੇ ਨਾਲ ਨਾਲ 164,35,00,000 ਰੁਪਏ ਦੀ ਜਿਹੜੀ ਸਰਕਾਰ ਦੀ ਇਨਕਮ ਵਧੀ ਹੈ, ਸਰਕਾਰ ਦੇ ਖਾਤੇ ਦੇ ਵਿੱਚ ਪੈਸੇ ਆਏ ਨੇ OTS ਦੇ ਦਿਨ, ਯਾਨੀ ਕਿ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਕਿ ਮਾਨ ਸਰਕਾਰ ਲੈ ਕੇ ਆਈ ਸੀ, ਤੀਜੀ OTS ਸੀ। ਇਸ ਸੰਬੰਧੀ ਵੀ ਵਿੱਤ ਮੰਤਰੀ ਦੇ ਵੱਲੋਂ ਵਿਸਾਰ ਦੇ ਨਾਲ ਚਰਚਾ ਕੀਤੀ ਗਈ। ਹਰਪਾਲ ਸਿੰਘ ਚੀਮਾ ਦੇ ਵੱਲੋਂ ਦੱਸਿਆ ਗਿਆ ਕਿ ਮੰਤਰੀ ਮੰਡਲ ਨੇ ਰਾਈਸ ਸੈਲਰ ਮਾਲਕਾਂ ਨੂੰ ਲਾਭ ਦੇਣ ਦੇ ਮੁੱਦੇ 'ਤੇ ਵੀ ਚਰਚਾ ਕੀਤੀ ਹੈ। ਵਿੱਤ ਮੰਤਰੀ ਸਾਹਿਬ ਨੇ ਕਿਹਾ ਕਿ ਟਰਾਂਸਪੋਰਟਰਾਂ ਬਾਰੇ ਵੀ ਫੈਸਲਾ ਲਿਆ ਗਿਆ, ਜੇ ਨਵੇਂ ਵਾਹਨ 4 ਸਾਲ ਤੱਕ ਟੈਕਸ ਅਦਾ ਕਰਦੇ ਨੇ ਤਾਂ ਉਹਨਾਂ ਨੂੰ 10% ਦੀ ਛੋਟ ਹੈ ਜਿਹੜੀ ਟੈਕਸ ਤੋਂ ਦਿੱਤੀ ਜਾਵੇਗੀ, ਅਤੇ ਜੇਕਰ ਉਹ 8 ਸਾਲ ਦਾ ਟੈਕਸ ਇਕੱਠਾ ਭਰਦੇ ਨੇ ਤਾਂ ਉਹਨਾਂ ਨੂੰ 20% ਤੱਕ ਦੀ ਜਿਹੜੀ ਛੋਟ ਹੈ ਉਹ ਟੈਕਸ ਦੇ ਵਿੱਚੋਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਟਰਾਂਸਪੋਰਟਰਾਂ ਨੂੰ ਫਾਇਦਾ ਹੋਊਗਾ ਸਗੋਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਵੀ ਪੈਸਾ ਆਏਗਾ। ਉਹਨਾਂ ਕਿਹਾ ਕਿ ਇਸ ਨਾਲ ਛੋਟੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ, ਅਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ 3 ਪਹੀਆ ਵਾਹਨ ਸਵਾਰੀਆਂ ਵਾਲੇ ਨੇ ਜਾਂ ਕੋਈ ਗੁੱਡਸ ਕੈਰੀਅਰ ਨੇ ਉਹਨਾਂ ਦੇ ਲਈ ਵੀ ਇੱਕ ਸਕੀਮ ਲਿਆਂਦੀ ਗਈ ਹੈ, ਜਿਸ ਦੇ ਤਹਿਤ ਹੁਣ ਤਿਮਾਹੀ ਹਰ ਕੁਆਟਰਲੀ ਜੋ ਟੈਕਸ ਭਰਨਾ ਪੈਂਦਾ ਸੀ ਉਸ ਨੂੰ ਖਤਮ ਕਰਕੇ ਸਾਲਾਨਾ ਟੈਕਸ ਕਰ ਦਿੱਤਾ ਗਿਆ, ਜਿਸ ਦੇ ਨਾਲ ਛੋਟੇ ਟਰਾਂਸਪੋਰਟਰਾਂ ਨੂੰ ਵੱਡਾ ਫਾਇਦਾ ਹੋਏਗਾ। ਸੋ ਦੱਸ ਦਈਏ ਕਿ ਇਸ ਦੇ ਨਾਲ ਜਿਹੜਾ ਲੋਕਾਂ ਨੂੰ ਝਟਕਾ ਲੱਗਿਆ ਉਹ ਪੈਟਰੋਲ ਅਤੇ ਡੀਜ਼ਲ ਦੇ ਰੂਪ ਦੇ ਵਿੱਚ ਲੱਗਿਆ, ਜਿੱਥੇ ਕਿ ਸਰਕਾਰ ਦੇ ਵੱਲੋਂ ਡੀਜ਼ਲ ਦੇ ਵਿੱਚ 92 ਪੈਸੇ ਦਾ ਵਾਧਾ ਕੀਤਾ ਗਿਆ ਅਤੇ ਪੈਟਰੋਲ ਦੇ ਵਿੱਚ 61 ਪੈਸੇ ਦਾ ਵਾਧਾ ਕੀਤਾ ਗਿਆ। ਭਾਵੇਂ ਲੋਕਾਂ ਦੇ ਲਈ ਇਹ ਵੱਡਾ ਝਟਕਾ, ਪਰ ਵਿੱਤੀ ਸੰਕਟ ਦੇ ਵਿੱਚ ਫਸਦੀ ਜਾ ਰਹੀ ਪੰਜਾਬ ਸਰਕਾਰ ਦੇ ਲਈ ਵੱਡੀ ਰਾਹਤ ਦੀ ਖਬਰ ਹੋਏਗੀ, ਕਿਉਂਕਿ ਇਸ ਦੇ ਨਾਲ ਅਤੇ ਨਾਲ ਹੀ ਨਾਲ ਬਿਜਲੀ ਵਾਲੀ ਸਬਸਿਡੀ ਜੋੜ ਕੇ ਜੇਕਰ ਗੱਲ ਕਰੀਏ 2400 ਕਰੋੜ ਰੁਪਈਏ ਦਾ ਜਿਹੜਾ ਪ੍ਰੋਫਿਟ ਆ ਉਹ ਸਰਕਾਰ ਨੂੰ ਹੋਏਗਾ, 2400 ਕਰੋੜ ਰੁਪਈਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਏਗਾ। ਸੋ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਵਧੇ ਹੋਏ ਰੇਟ ਤੋਂ ਬਾਅਦ 395 ਕਰੋੜ ਰੁਪਈਆ ਅਤੇ ਪੈਟਰੋਲ ਤੋਂ 150 ਕਰੋੜ ਰੁਪਇਆ
ਦੀ ਜਿਹੜੀ ਇਨਕਮ ਆ ਸਰਕਾਰ ਦੀ ਉਹ ਵਧੇਗੀ ਅਤੇ 7 ਕਿਲੋਵਾਟ ਤੱਕ ਦੇ ਜਿਹੜੇ ਉਪਭੋਗਤਾ ਨੇਗੇ ਉਹਨਾਂ ਦੀ ਜਿਹੜੀ ਸਬਸਿਡੀ ਖਤਮ ਕੀਤੀ ਗਈ ਉਸ ਦੇ ਨਾਲ ਤਕਰੀਬਨ 1800 ਕਰੋੜ ਰੁਪਏ ਦਾ ਵਾਧੂ ਜਿਹੜਾ ਮੁਨਾਫਾ ਸਰਕਾਰ ਨੂੰ ਹੋਏਗਾ, ਸਰਕਾਰ ਦੇ ਖਜ਼ਾਨੇ ਦੇ ਵਿੱਚ ਆਉਣਗੇ, ਤਾਂ ਟੋਟਲ 2400 ਕਰੋੜ ਰੁਪਏ ਦਾ ਜਿਹੜਾ ਬੋਝ ਹੈਗਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਅੱਜ ਇਸ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪਾ ਦਿੱਤਾ ਗਿਆ। ਸੋ ਇਸ ਸੰਬੰਧੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਦੇ ਨਾਲ ਜਦੋਂ 1800 ਕਰੋੜ ਰੁਪਏ ਦੀ ਇਨਕਮ ਵਧੇਗੀ ਤਾਂ ਉਸ ਦੇ ਨਾਲ ਵਿੱਤੀ ਹਾਲਤ ਆ ਜਿਹੜੀ ਉਹ PSPCL ਬੋਰਡ ਦੀ ਵੀ ਜਿਹੜੀ ਆ ਸੁਧਰੇਗੀ। ਸੋ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਨਾਲ ਇਹ ਵੀ ਕਿਹਾ ਗਿਆ ਕਿ ਜਿਹੜਾ 300 ਯੂਨਿਟ ਫਰੀ ਦੇਣ ਦਾ ਵਾਅਦਾ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਕੀਤਾ ਗਿਆ ਸੀ ਉਹ ਵਾਅਦਾ ਉਸੇ ਤਰ੍ਹਾਂ ਹੀ ਜਾਰੀ ਰਹੇਗਾ, ਭਾਵ ਕਿ ਜੇਕਰ ਤੁਹਾਡੀ ਖਪਤ 1 ਮਹੀਨੇ ਵਿੱਚ 300 ਯੂਨਿਟ ਤੋਂ ਘੱਟ ਹੈ ਤਾਂ ਤੁਹਾਨੂੰ ਉਹ ਸਬਸਿਡੀ ਨਹੀਂ, ਤੁਹਾਨੂੰ ਜਿਹੜਾ ਉਹ ਫਾਇਦਾ ਫਰੀ ਬਿਜਲੀ ਵਾਲਾ ਸੀ ਉਹ ਲਾਗੂ ਤੁਹਾਡੇ 'ਤੇ ਹੁੰਦਾ ਰਹੇਗਾ। ਜੇਕਰ ਤੁਹਾਡੀ ਜਿਹੜੀ ਕੰਜਮਸ਼ਨ ਹੈ 300 ਯੂਨਿਟ ਪ੍ਰਤੀ ਮਹੀਨਾ ਰਹਿੰਦੀ ਹੈ ਤਾਂ ਤੁਹਾਨੂੰ ਬਿਜਲੀ ਦੇ ਬਿੱਲ ਨਹੀਂ ਆਏਗਾ, ਤੁਹਾਨੂੰ ਬਿਜਲੀ ਫਰੀ ਦੇ ਵਿੱਚ ਮਿਲੇਗੀ, ਜਿਹੜੀ ਕਿ ਪਹਿਲਾਂ ਹੀ 80% ਲੋਕਾਂ ਨੂੰ ਪੰਜਾਬ ਦੇ 80% ਲੋਕਾਂ ਨੂੰ ਇਹ ਜਿਹੜੀ ਰਾਹਤ ਹੈ ਉਹ ਦਿੱਤੀ ਹੈ ਅਤੇ ਇਹ ਰਾਹਤ ਜਿਹੜੀ ਕੰਟੀਨਿਊ ਰਹੇਗੀ। ਸੋ ਅੱਜ ਜੋ ਵੱਡੇ ਅਤੇ ਅਹਿਮ ਇਹ ਫੈਸਲੇ ਨੇ ਜਿਹੜੇ ਪੰਜਾਬ ਦੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਲਏ ਗਏ ਨੇ, ਦੱਸ ਦਈਏ ਕਿ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਕੈਗ ਦੀ ਰਿਪੋਰਟ ਤੋਂ ਬਾਅਦ ਸਰਕਾਰ ਜਿਹੜੀ ਹੈ ਫਸਦੀ ਨਜ਼ਰ ਆ ਰਹੀ ਸੀ, ਵਿੱਤੀ ਸੰਕਟ ਦੇ ਵਿੱਚ ਦਿਖਾਈ ਦੇ ਰਹੀ ਸੀ। ਸੋ ਉਸ ਨੂੰ ਸੁਧਾਰਨ ਦੇ ਲਈ ਸਰਕਾਰ ਆਪਣੀ ਵਿੱਤੀ ਹਾਲਤ ਨੂੰ ਸੁਧਾਰਨ ਦੇ ਲਈ ਪੰਜਾਬ ਦੇ ਲੋਕਾਂ ਦੇ ਸਿਰ 2400 ਕਰੋੜ ਰੁਪਏ ਦਾ ਜਿਹੜਾ ਵਜਨ ਹੈ ਉਹ ਪਾ ਦਿੱਤਾ, ਨਵੇਂ ਟੈਕਸ ਨੇ ਜਿਹੜੇ ਲਗਾ ਦਿੱਤੇ ਗਏ ਨੇ। ਸੋ ਅੱਜ ਦੀ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਦੋਹਰਾ ਝਟਕਾ, ਜਿੱਥੇ ਡੀਜ਼ਲ ਅਤੇ ਪੈਟਰੋਲ ਮਹਿੰਗੇ ਹੋਏ ਨੇ ਉੱਥੇ ਹੀ ਚੰਨੀ ਸਰਕਾਰ ਦੁਆਰਾ ਦਿੱਤੀ 7 ਕਿਲੋਵਾਟ ਤੱਕ ਦੇ ਉਪਭੋਗਤਾ ਨੂੰ 3 ਰੁਪਈਏ ਦੀ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ। ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ।